ਪਿੰਡ ਸ਼ੇਰਪੁਰ ਗ੍ਰਿੱਡ ਵਿੱਚ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਗੁਰਮਿੰਦਰ ਧਾਮੀ ਦੀ ਅਗਵਾਈ ਦੇ ਵਿੱਚ ਨੌਜਵਾਨਾਂ ਨੇ ਭਾਰੀ ਇਕੱਠ ਕੀਤਾ, ਜਿਸ ਦੇ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਰਿਸ਼ੂ ਆਦੀਆ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਮੌਜੂਦ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਜੋੜਨ ਦਾ ਸੁਨੇਹਾ ਦਿੱਤਾ। ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਦੇਖੋ ਜੀ, ਜਿਵੇਂ ਕਿ ਆਪਾਂ ਯੂਥ ਵਿੱਚੋਂ ਆਪਾਂ ਵੱਡੇ ਮਾਰਜਨ ਜਿੱਤੇ ਸੀਗੇ ਹੁਸ਼ਿਆਰਪੁਰ ਅਸੈਂਬਲੀ ਤੋਂ, ਤਾਂ ਅਸੀਂ ਬੜੇ ਚਿੰਤਿਤ ਸੀਗੇ ਕਿ ਯੂਥ ਦੀ ਕੋਈ ਗੱਲ ਨਹੀਂ ਕਰਦਾ, ਕੋਈ ਯੂਥ ਦੀ ਕੋਈ ਬੇਰੁਜ਼ਗਾਰੀ ਦੀ, ਨਸ਼ੇ ਦੇ ਵਿੱਚ ਵੜ ਚੁੱਕਾ ਪੂਰਾ ਯੂਥ ਜਾਂ ਵਿਦੇਸ਼ਾਂ ਵਿੱਚ ਵੱਸ ਰਿਹਾ ਵਾ, ਕੋਈ ਵੀ ਯੂਥ ਦੀ ਕੋਈ ਗੱਲ ਨਹੀਂ ਆ, ਕੋਈ ਰੁਜ਼ਗਾਰ ਦੀ ਗੱਲ ਨਹੀਂ ਆ, ਸਿਰ ਆਪਣੇ ਜੁਮਲੇ ਹਰ ਕੋਈ ਦੇ ਰਿਹਾ ਵਾ। ਤੁਸੀਂ ਦੇਖ ਸਕਦੇ ਆ ਪੁਰਾਣੇ ਜਿੰਨੇ ਵੀ ਲੀਡਰ ਆ ਉਹ ਆਪਣੇ ਸਾਰੇ ਘਰ ਭਰ ਰਹੇ ਆ। ਹੁਣ ਤੁਸੀਂ, ਮੈਂ ਇੱਕ ਛੋਟੀ ਇਗਜ਼ਾਮਪਲ ਤੁਹਾਨੂੰ ਦਿੰਦਾ ਵਾਂ, ਸਾਡੇ ਧਾਮੀ ਸਾਹਿਬ ਜਿਹੜੇ ਗਿੱਪੀ ਧਾਮੀ ਜਿੱਥੇ ਵਾਈਸ ਪ੍ਰਧਾਨ ਨੇ, ਹੁਣ ਇਹੀ ਇਲੈਕਸ਼ਨ ਲੜ ਲੱਗੇ ਸੀਗੇ, ਕੋਈ ਵੱਡੇ ਲੀਡਰ ਨੇ, ਇਹਨਾਂ ਨੂੰ ਇਹ ਦੇਖਿਆ ਕਿ ਕੰਮ ਘਰ ਦਾ ਬੱਚਾ ਕਿੱਦਾਂ ਲੀਡਰੀ ਕਰ ਜੂਗਾ, ਕਿੱਦਾਂ ਲੀਡਰ ਬਣ ਜੂਗਾ। ਇਹ ਖਿਲਾਫ਼ ਦੇਖੋ ਬੜੇ ਸਿਆਸੀ ਹੜਕੰਦੇ ਅਪਣਾਏ ਆ। ਅਸੀਂ, ਮੈਂ ਦੱਸਦਾ ਹੁਣ ਦੇਖੋ, ਅਸੀਂ ਵੀ ਕਿਹੜਾ ਕੋਈ ਬਹੁਤ ਵੱਡੇ ਘਰਾਂ 'ਚੋਂ ਹਾਂ, ਇੱਕ ਆਮ ਜਿਹੇ ਘਰਾਂ 'ਚੋਂ ਹਾਂ, ਆਮ ਘਰਾਂ ਦਾ ਜਦੋਂ ਉਹ ਤੁੜਦਾ ਵਾ ਹਰ ਕੋਈ ਦੱਬਦਾ ਵਾ, ਪਰ ਅਸੀਂ ਧੰਨਵਾਦ ਇਹ ਸਾਰੇ ਵੀਰਾਂ ਦਾ ਕਰਦੇ ਹਾਂ ਜਿਹੜੇ ਆਪਾਂ ਛੋਟੀ ਮੀਟਿੰਗ ਬੁਲਾਈ ਸੀ ਤਾਂ ਐਡਾ ਵੱਡਾ ਇਕੱਠ ਵਧੀਆ ਦੇਖਣ ਨੂੰ ਮਿਲਿਆ ਇੱਥੇ, ਕਿ ਪਿਆਰ ਦੇਖਣ ਨੂੰ ਮਿਲਿਆ। ਕਿ ਅਸੀਂ, ਇਹਨਾਂ ਨੂੰ ਬੜੀ ਇੱਛਾ ਵਾ ਕਿ ਇੱਕ ਆਮ ਘਰ ਦਾ ਬੱਚਾ ਅੱਗੇ ਆਵੇ, ਆਮ ਘਰ ਦਾ ਚਿਹਰਾ ਇੱਕ ਅੱਗੇ ਰਾਜਨੀਤੀ ਜਿਹੜੀ ਵਿੱਚ ਜਾ ਕੇ, ਇਹ ਰਾਜਨੀਤੀ ਸ਼ਬਦ ਬੰਦ ਕਰਕੇ ਸੇਵਾ ਨੀਤੀ ਵਿੱਚ ਜਾਵੇ, ਕਿ ਆਪਾਂ ਸੇਵਾ ਨੀਤੀ ਵੱਲ ਨੂੰ ਜ਼ਿਆਦਾ ਜਾਵਾਂਗੇ। ਭਾਅ ਜੀ, ਪਹਿਲਾਂ ਇੱਥੇ ਯੂਥ ਨੇ ਕਾਫੀ ਪਿਆਰ ਦਿੱਤਾ ਤੁਹਾਨੂੰ, ਕਾਫੀ ਜੀ 6 ਇਲੈਕਸ਼ਨ ਹੋਇਆ ਸੀਗਾ ਜੀ, NSC ਦਾ ਉਹਦੇ ਵਿੱਚ ਕਾਫੀ ਮਾਰਜਨ ਨਾਲ ਜਿੱਤੇ ਸੀ ਜੀ ਜੀ ਜੀ, ਅਤੇ ਹੁਣ ਕੀ ਦੇਖਦੇ ਹਾਂ? ਦੇਖੋ, ਯੂਥ ਦਾ ਹਰ ਵਾਰ ਸਾਨੂੰ ਪਿਆਰ ਮਿਲਦਾ ਰਿਹਾ, ਕਿਉਂਕਿ ਯੂਥ ਨੂੰ ਪਤਾ ਵਾ ਕਿ ਯੂਥ ਨਾਲ ਹਰ ਵਾਰ ਖੜ੍ਹਦਾ ਹੀ ਕੌਣ ਆ, ਨਹੀਂ ਤਾਂ ਤੁਹਾਨੂੰ ਪਤਾ ਵਾ, ਨਹੀਂ ਤਾਂ ਵੱਡੇ ਲੀਡਰ ਤਾਂ ਕਦੀ ਜ਼ਿੰਦਗੀ 'ਚ ਕਿਸੇ ਨੂੰ ਮਿਲਦੇ ਵੀ ਨਹੀਂ ਆ, ਘਰਾਂ ਦੇ ਦਰਵਾਜ਼ੇ ਬੰਦ ਰਹਿੰਦੇ ਆ। ਮੈਂ ਤਾਂ ਪਾਰਟੀ ਹਾਈਕਮਾਂਡ ਨੂੰ ਇਹੀ ਬੇਨਤੀ ਕਰੂੰਗਾ, ਚਾਹੇ ਸਾਨੂੰ ਯੂਥ ਵਿੱਚੋਂ ਕੋਈ ਚਿਹਰਾ ਸਾਡਾ ਲੈ ਕੇ ਆਉਣ ਕੋਈ ਨਵਾਂ, ਨਹੀਂ ਤਾਂ ਕੋਈ ਹੋਰ ਵੀ, ਜਿਹੜੇ ਸਾਡੇ ਹੁਣ MC ਸਾਹਿਬ ਗੁਰਮੀਤ ਸਿੱਧੂ ਜੀ ਆ, ਉਹਨਾਂ ਨੇ ਦਾਅਵੇਦਾਰੀ ਠੋਕੀ, ਨਵੇਂ ਚਿਹਰੇ ਆ, ਜਾਂ ਸੋਢੀ ਜੀ ਆ, ਨਵੇਂ ਨਵੇਂ ਚਿਹਰੇ ਜੇ ਅੱਗੇ ਆਊਗੇ ਤਾਂ ਕੰਮ ਬਣਨਾ ਵਾ, ਨਹੀਂ ਤਾਂ ਮੈਨੂੰ ਲੱਗਦਾ ਵਾ ਜਨਤਾ ਨੇ ਵਿਸ਼ਵਾਸ ਕਰਨਾ ਹੀ ਬੰਦ ਕਰ ਦੇਣਾ ਵਾ। ਅਤੇ ਪਿਆਰ ਤੁਹਾਨੂੰ ਪਤਾ ਯੂਥ ਦਾ ਹਰ ਵਾਰ ਸਾਨੂੰ ਮਿਲਿਆ ਵਾ, ਅਤੇ ਸਾਨੂੰ, ਮੈਨੂੰ ਉਮੀਦ ਆ ਪੂਰੀ ਕਿ ਯੂਥ ਇਸ ਵਾਰ ਵੀ ਡਟ ਕੇ ਪੂਰਾ ਸਾਥ ਦਊਗਾ। ਪਿੱਛੇ ਦੇਖਿਆ ਕਿ ਮਤਲਬ ਉਹੀ ਬੰਦੇ ਵਾਰ ਵਾਰ ਇਲੈਕਸ਼ਨ ਲੜਦੇ ਆ ਜੀ, ਯੂਥ ਅੱਗੇ ਆਉਂਦਾ ਨਹੀਂ ਜੀ, ਜੇ ਆਉਂਦਾ ਵੀ ਆ ਅਤੇ ਉਹ ਬਸ ਉੱਥੇ ਤੱਕ ਸੀਮਤ ਰਹਿੰਦਾ। ਮੈਂ ਤਾਂ ਤੁਹਾਡੀ ਇਹ ਗੱਲ ਦੀ ਸੋਨੂੰ ਜੀ ਮੈਂ ਜਵਾਬ ਇਹ ਦਊਂਗਾ ਕਿ ਇਹ ਯੂਥ ਨੂੰ ਵੀ ਥੋੜ੍ਹਾ ਸਮਝਣਾ ਚਾਹੀਦਾ ਵਾ, ਜਿਹੜੇ ਕਿ ਲੀਡਰਾਂ ਪਿੱਛੇ ਜਿਹੜੇ ਮਾੜੇ ਮੋਟੇ ਸਾਡੇ ਵੀਰ ਭਰਾ ਜਿਹੜੇ ਲੱਗੇ ਪਏ ਆ, ਉਹਨਾਂ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਆ, ਉਹ ਸਾਥ ਸਾਡਾ ਦੇਣ ਆ ਕੇ ਇਹ 'ਚ ਨਾਲ ਸਾਡੇ ਖੁੱਲ੍ਹਾ ਸਿੱਧਾ ਆਪਾਂ ਦਿੰਦੇ ਹਾਂ ਸਾਰਿਆਂ ਨੂੰ, ਕਿ ਸਾਡੇ ਜਿੰਨਾ ਯੂਥ ਭਰਾ ਸਾਰਾ ਜਿਹਨੇ ਕੋਈ ਲੀਡਰਾਂ ਪਿੱਛੇ ਲੱਗੇ ਪਏ ਆ, ਇੱਕ ਪਾਸੇ ਸਾਰੇ ਬੈਠਣ, ਸਾਂਝੇ ਤੌਰ 'ਤੇ ਗੱਲਬਾਤ ਕੀਤੀ ਜਾਵੇ, ਤਾਂ ਕੋਈ ਨਵਾਂ ਚਿਹਰਾ ਅੱਗੇ ਆਊਗਾ ਤਾਂ ਕੁਛ ਗੱਲ ਬਣਨੀ। ਅਸੀਂ ਫਿਰ ਦੁਬਾਰਾ, ਮੈਂ ਇਹੀ ਤੁਹਾਨੂੰ ਜੀ ਕਹਿੰਦਾ ਵਾਰ ਵਾਰ ਕਿ ਕੁਛ ਪੰਜਾਬ ਦਾ ਸੁਧਰ ਜਾਊਗਾ, ਖਾਸ ਕਰ ਯੂਥ ਦਾ ਕੁਛ ਬਣ ਜੂਗਾ, ਵਿਦੇਸ਼ਾਂ ਵਿੱਚ ਜਿਹੜੇ ਗਏ ਪਏ ਆ ਸ਼ਾਇਦ ਇੱਥੇ ਹੀ ਸਭ ਕੁਝ ਰੋਜ਼ਗਾਰ ਸਭ ਨੂੰ ਮਿਲੂਗੇ, ਤਾਂ ਨਸ਼ੇ ਦੇ ਖਿਲਾਫ਼ ਤਾਂ ਪਹਿਲੇ ਆਪਾਂ ਸ਼ੁਰੂ ਤੋਂ ਚੱਲਦੇ ਪਏ ਹਾਂ, ਪਰ ਲੱਕ ਬਹੁਤ ਵਧੀਆ ਤਰੀਕੇ ਨਾਲ ਤੋੜਾਂਗੇ ਆਪਾਂ। ਜੀ, ਇੱਕ ਹੋਰ ਗੱਲ, ਯੂਥ ਨੂੰ ਜਿੱਦਾਂ ਪ੍ਰਧਾਨ ਜੀ ਵਾਸਤੇ ਜਾਂ ਇਲੈਕਸ਼ਨ ਵਾਸਤੇ ਪੈਸੇ ਦੀ ਜ਼ਰੂਰਤ ਹੁੰਦੀ ਆ ਜਾਂ ਫਿਰ? ਦੇਖੋ ਜੀ, ਇਹ ਤਾਂ ਉਹ ਗੱਲ ਆ ਸੋਨੂੰ ਜੀ, ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੋ ਗਈ ਆ। ਇਹ ਯੂਥ ਜਿਹੜਾ ਵਿਚਾਰਾ ਮਾੜਾ ਮੋਟਾ ਕਮਾਉਂਦੇ, ਅਸੀਂ ਆਪਣੀ ਗੱਲ ਕਰਦੇ ਪਹਿਲਾਂ ਤਾਂ ਕਿਸੇ ਦੀ ਮੈਂ ਕੀ ਲੈ ਕੇ ਜਾਵਾਂ, ਪਹਿਲਾਂ ਆਪਣੇ 'ਤੇ ਤੁਹਾਨੂੰ ਦੱਸ ਦਿੰਦਾ ਕਿ ਸਾਨੂੰ ਪਤਾ ਅਸੀਂ ਕਿੱਥੋਂ ਕਮਾਉਂਦੇ ਹਾਂ, 10-15 ਸਾਲ ਤੋਂ ਅਸੀਂ ਮਿਹਨਤ ਕਰ ਰਹੇ ਹਾਂ, ਹੁਣ ਸਾਨੂੰ ਪਤਾ ਇਲੈਕਸ਼ਨ ਦੇ ਪੈਸੇ ਵੀ ਲੱਗਦੇ ਆ, ਹੁਣ ਅੱਜ ਰੈਲੀ ਵੀ ਮੁੰਡੇ ਨੇ ਕਰਾਈ ਆਪਣੇ ਗਿੱਪੀ ਧਾਮੀ ਨੇ, ਹੁਣ ਸਾਨੂੰ ਪਤਾ ਰਿਜੇਬ 'ਚੋਂ ਕਿੰਨਾ ਖਰਚਾ ਹੋ ਗਿਆ ਹੋਣਾ ਵਾ। ਇਹ ਕੋਈ ਸਰਕਾਰ ਆ ਕੋਈ ਨਹੀਂ ਫਿਕਰ ਕਰਦਾ ਜੀ, ਪਹਿਲਾਂ ਸਪਸ਼ਟ ਗੱਲ ਕਰਦਾ, ਅਸੀਂ ਤਾਂ ਯੂਥ ਨਾਲ ਵਾ, ਅਸੀਂ ਬਾਅਦ 'ਚੋਂ ਕਿਸੇ ਸਰਕਾਰ ਨਾਲ ਚੱਲਾਂਗੇ, ਪਹਿਲਾਂ ਯੂਥ ਨਾਲ ਆਪਾਂ ਚੱਲਦੇ ਇਸ ਚੀਜ਼ ਨੂੰ ਲੈ ਕੇ, ਯੂਥ ਲਈ ਬੜੇ ਚਿੰਤਿਤ ਆਪਾਂ, ਯੂਥ ਅੱਗੇ ਵਧੂਗਾ ਅਤੇ ਕੁਛ ਬਣੂਗਾ। ਹੁਣ ਮੈਨੂੰ ਪਤਾ ਇਹ ਵੀਰ ਭਰਾ ਨੇ ਕਿੱਦਾਂ ਇਹ ਮੀਟਿੰਗ ਕੀਤੀ ਆ, ਜਿਹੜਾ ਐਡਾ ਵੱਡਾ ਵਿਸ਼ਾਲ ਰੈਲੀ ਦਾ ਰੂਪ ਲਿੱਤਾ ਵਾ,
ਇਹਦਾ ਕਿੰਨਾ ਖਰਚਾ ਆ ਗਿਆ ਮੈਨੂੰ ਪਤਾ ਹੋਣਾ ਵਾ ਸਟੇਟ ਦਾ। ਇੱਕ ਦਰਦ ਮੈਂ ਸਮਝਦਾ ਵਾਂ, ਇਹ ਤਾਂ ਵੱਡੇ ਘਰਾਂ ਦੇ ਘਰਾਣੇ ਦੇ, ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ, ਉਹ ਫਲਾਣੇ ਲਾਲੇ ਨੂੰ ਫੋਨ ਕਰਤਾ ਤਾਂ ਫਲਾਣੇ ਲਾ ਮੋਦਵਾ ਨੂੰ ਫੋਨ ਕਰਤਾ, ਕਰ ਦਿਉ ਖਰਚੇ ਜੀ, ਇਹੀ ਚੀਜ਼ ਚੱਲਦੀ ਹੈ ਜੀ। ਭਾਜੀ ਅਗਲੀ ਤੁਹਾਡੀ ਕਾਰਜਪ੍ਰਣਾਲੀ ਕੀ ਹੋਊਗੀ? ਕੀ ਕਹਿੰਦੇ ਵੀ ਅਗਲੀ ਰਣਨੀਤੀ? ਦੇਖੋ ਸਾਡੀ, ਦੇਖੋ ਇਹ ਆ, ਅਸੀਂ ਹੁਣ ਜਿੱਦਾਂ ਸ਼ਾਮ 84 'ਚ ਗਿੱਪੀ ਧਾਮੀ ਨੇ ਸਾਡਾ ਕਰਾਇਆ ਵਾ, ਅਗਲਾ ਸਾਡਾ ਪਹਿਲਾਂ ਸ਼ਾਮ 'ਚ ਅਸੀਂ ਆਪਾਂ ਏਰੀਆ ਕਵਰ ਕਰਨਾ ਜੀ, ਹਰਦੋ ਖਾਨਪੁਰ ਸਾਡੀ ਬਹੁਤ ਜਲਦ ਮੀਟਿੰਗ ਹੋਣ ਜਾ ਰਹੀ ਆ, ਫਿਰ ਹਰਿਆਣੇ 'ਚ ਕਰ ਰਹੇ ਹਾਂ, ਫਿਰ ਆਪਾਂ ਬਾਕੀ ਜਿੰਨੀ ਕੌਂਸੀਐਂਸੀ ਆ ਟਾਂਡਾ ਦਸੂਹਾ ਮਕੇਰੀਆਂ, ਫਿਰ ਪਲਾਥ ਆਉਂਦਾ ਆਪਣੇ 'ਚ, ਫਗੌੜਾ ਆਉਂਦਾ ਵਾ, ਅਤੇ ਹੁਸ਼ਿਆਰਪੁਰ, ਆਪਾਂ ਇਹ ਸਾਰੇ ਪਾਸੇ ਆਪਾਂ ਮੀਟਿੰਗ ਆਪਾਂ ਬਹੁਤ ਜਲਦ ਕਰ ਰਹੇ ਹਾਂ, ਅਤੇ ਬਹੁਤ ਵਧੀਆ ਤੁਹਾਨੂੰ ਇੱਕ ਵਿਸ਼ਾਲ ਰੂਪ ਦੇਖਣ ਨੂੰ ਮਿਲੂਗਾ ਯੂਥ ਦਾ, ਕਿਉਂਕਿ ਯੂਥ ਇੱਕ ਵਾਰ ਠਾਣ ਚੁੱਕਾ ਵਾ ਕਿ ਯੂਥ ਦਾ ਹੀ ਕੋਈ ਚਾਰਾ ਨਵਾਂ ਚਾਰਾ ਆਉਣਾ ਚਾਹੀਦਾ, ਅਤੇ ਯੂਥ ਇਸ ਵਾਰ ਇਹ ਸਭ ਕੁਝ ਕਰਕੇ ਦਿਖਾਊਗਾ, ਜਿਵੇਂ ਕਿ ਤੁਹਾਨੂੰ ਪਤਾ ਪਹਿਲੇ ਵੀ ਅਸੀਂ ਬੜੇ ਚੀਜ਼ਾਂ ਪਹਿਲਾਂ ਆਪਾਂ ਕਰ ਚੁੱਕੇ ਹਾਂ। ਤੁਸੀਂ ਟਿਕਟ ਦੀ ਦਾਅਵੇਦਾਰੀ ਠੋਕੀ ਆ, ਅਤੇ ਹੁਣ ਕੀ ਆਪਣੀ ਟਿਕਟ ਦਾ? ਦੇਖੋ ਜੀ, ਜੇ ਟਿਕਟ ਸਰਕਾਰ ਦਿੰਦੀ ਆ ਤਾਂ ਬਹੁਤ ਵਧੀਆ ਵਾ, ਨਹੀਂ ਤਾਂ ਜੇ ਜਿੱਦਾਂ ਹੁਣ ਤੁਹਾਨੂੰ ਦੱਸਿਆ ਪਹਿਲਾਂ ਵੀ ਤੁਹਾਨੂੰ ਕਿਹਾ ਵਾ, ਯੂਥ ਤੈਅ ਕਰ ਚੁੱਕੀ ਆ, ਨਹੀਂ ਤਾਂ ਸਾਡੇ ਜਿਹੜੇ ਸਾਡੇ ਰਾਜਨੀਤਿਕ ਗੁਰੂ ਆ ਸਾਡੇ ਵਿਸ਼ਨੂੰ ਬੰਟੀ ਘੋੜੀਆਂ ਵਾਲੇ ਜੀ, ਜਿੱਦਾਂ ਸਾਡਾ ਉਹ ਗੱਲ ਆਪਾਂ ਉਹਨਾਂ ਨਾਲ ਕਰਾਂਗੇ ਬਹਿ ਕੇ, ਜਿੱਦਾਂ ਸਾਨੂੰ ਦਿਸ਼ਾ ਨਿਸ਼ ਸਾਨੂੰ ਕਰੂਗੇ, ਉਹ ਸਾਨੂੰ ਉਸ ਲੀਕ 'ਤੇ ਲਾਊਗੇ, ਆਪਾਂ ਉੱਧਰ ਤੁਰੇ ਪਏ ਹਾਂ, ਪਹਿਲਾਂ ਸਾਨੂੰ ਪਾਰਟੀ ਪਹਿਲਾਂ ਸਾਨੂੰ ਆ, ਅਤੇ ਪਾਰਟੀ ਨੂੰ ਵੀ ਪਰ ਸਮਝਣਾ ਜਿਹੜਾ ਸਾਡਾ ਦੁੱਖ ਸਾਡਾ ਸਮਝਣਾ ਯੂਥ ਦਾ ਇਹ, ਕਿਉਂਕਿ ਆਪਾਂ ਰਿਸ਼ੂ ਆਦੀ ਨਾਲ ਪਾਰਟੀ ਨਹੀਂ ਆ, ਪਾਰਟੀ ਨਾਲ ਹੀ ਰਿਸ਼ੂ ਆਦੀ ਆ ਵਾ, ਜੇ ਅਸੀਂ ਇੰਨੇ ਦਿਲੋਂ ਚੱਲਦੇ ਹਾਂ ਤਾਂ ਪਾਰਟੀ ਨੂੰ ਪੂਰਾ ਦਿਲੋਂ ਸਾਡੇ ਨਾਲ ਚੱਲਣਾ ਚਾਹੀਦਾ ਵਾ। ਧੰਨਵਾਦ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.